ਨੇ ਮਾਂ ਮਾਈ ਹੁੰਦੀ ਏ, ਮਾਪੇ ਮਾਪੀ ਹੁੰਦੇ ਨੇ, ਵਾਲਦੈਨ ਵਾਲਦੈਨ ਹੀ ਹੁੰਦੇ ਨੇ। ਨਬੀਏ ਕਰੀਮ ਸੱਲੱਲਾਹੋ ਅਲੈਹਿ ਵਅਲਿਹਿ ਵਸੱਲਮ, ਹੁਣ ਨਬੀਆਂ ਤੋਂ ਵੱਡਾ ਹੌਸਲਾ ਕਿੱਥੋਂ ਲਿਆਈਏ, ਨਬੀਆਂ ਤੋਂ ਵੱਡਾ ਈਮਾਨ ਅਤੇ ਜਿਗਰਾ ਅਤੇ ਬਰਦਾਸ਼ਤ ਕਿੱਥੋਂ ਲਿਆਈਏ। ਮੈਂ ਕੁਰਬਾਨ ਜਾਵਾਂ, ਮੇਰੇ ਸੋਹਣੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੂੰ ਕਦੀ ਜ਼ਿੰਦਗੀ ਪਾਕ ਦੇ ਅੰਦਰ ਆਪਣੇ ਅੱਬੂ ਯਾਦ ਆ ਜਾਂਦੇ, ਆਪਣੀ ਅੰਮਾ ਯਾਦ ਆ ਜਾਂਦੀਆਂ। ਅੱਲਾਹ ਦੀ ਕਸਮ, ਮੇਰੇ ਸੋਹਣੇ ਮੁਹੰਮਦ ਦੀਆਂ ਅੱਖਾਂ ਭਰ ਆਉਂਦੀਆਂ, ਆਕਾ ਰੋਣ ਲੱਗ ਪੈਂਦੇ। ਕਦੀ ਵਾਲਦਾ ਦੀ ਕਬਰ ਤੋਂ ਗੁਜ਼ਰਦੇ, ਆਕਾ ਰੋਂਦੇ, ਸਿਹਾਬਾ ਰੋਂਦੇ, ਅੱਲਾਹੁ ਅਕਬਰ ਕਬੀਰਾ। ਕਦੀ ਬਾਪ ਦੀ ਕਬਰ ਤੋਂ ਗੁਜ਼ਰਦੇ, ਮੇਰੇ ਮਹਿਬੂਬ ਰੋਂਦੇ, ਸਿਹਾਬਾ ਰੋਂਦੇ। ਇਹਨੂੰ ਕਹਿੰਦੇ ਨੇ ਮਾਪੇ ਮਾਪੇ ਹੁੰਦੇ ਨੇ। ਆ ਬੋਲੋ, ਮਾਪੇ ਮਾਪੇ ਹੁੰਦੇ ਨੇ। ਇਹਨਾਂ ਬੁੱਢਿਆਂ ਦਾ, ਇਹਨਾਂ ਵਾਲਦੈਣ ਦਾ, ਇਹਨਾਂ ਅੰਮੀ ਅੱਬੂ ਦਾ, ਅੱਲਾਹ ਦੀ ਕਸਮੇ ਬੰਦੇ ਨੂੰ ਉਦੋਂ ਅਹਿਸਾਸ ਹੁੰਦਾ ਹੈ ਜਦੋਂ ਇਹ ਦੁਨੀਆਂ ਤੋਂ ਅੱਖਾਂ ਮੀਟ ਜਾਂਦੇ ਨੇ, ਦੁਨੀਆਂ ਤੋਂ ਚਲੇ ਜਾਂਦੇ ਨੇ। ਫਿਰ ਵੱਡੇ ਪੁੱਤਰ ਦੇ ਮੋਢਿਆਂ 'ਤੇ ਜ਼ਿੰਮੇਦਾਰੀਆਂ ਦਾ ਬੋਝ ਅਤੇ ਭਾਰ ਪੈ ਜਾਂਦਾ ਹੈ। ਬਰਾਦਰੀ 'ਚ ਲੈਣ ਦੇਣ ਕਿਵੇਂ ਕਰਨਾ ਹੈ, ਗਮੀਆਂ ਖੁਸ਼ੀਆਂ 'ਤੇ ਲੈਣ ਦੇਣ ਕਿਵੇਂ ਕਰਨਾ ਹੈ। ਜਦੋਂ ਮਾਪੇ ਜ਼ਿੰਦਾ ਹੋਣ, ਅੱਬੂ ਜ਼ਿੰਦਾ ਹੋਣ, ਪੁੱਤਰਾਂ ਨੂੰ ਫਿਕਰ ਹੀ ਕੋਈ ਨਹੀਂ, ਭਰਾਵਾਂ ਨੂੰ ਪਤਾ ਹੀ ਕੋਈ ਨਹੀਂ ਕੀ ਕਰਨਾ, ਕਿੱਥੇ ਜਾਣਾ, ਕੀ ਲੈਣਾ, ਕੀ ਦੇਣਾ ਹੈ। ਅੱਲਾਹੁ ਅਕਬਰ ਕਬੀਰਾ। ਸੋਹਣਿਓ, ਇਹਨਾਂ ਨੇਮਤਾਂ ਦੀ ਕਦਰ ਦਾ ਉਦੋਂ ਅਹਿਸਾਸ ਹੁੰਦਾ ਹੈ ਜਦੋਂ ਇਹ ਨੇਮਤ ਖੁੱਸ ਜਾਏ, ਇਹ ਨੇਮਤ ਅੱਲਾਹ ਕੋਲ ਚਲੀ ਜਾਏ। ਆਓ ਚੰਦ ਬਾਤਾਂ, ਜਿਵੇਂ ਤੁਸੀਂ ਮਾਂ ਦੀ ਸ਼ਾਨ, ਮਾਂ ਦੀ ਅਜ਼ਮਤ, ਮਾਂ ਦੀ ਮਮਤਾ, ਮਾਂ ਦੀ ਮੁਹੱਬਤ ਸੁਣਦੇ ਰਹਿੰਦੇ ਹੋ, ਮੇਰਾ ਦਿਲ ਕਰਦਾ ਹੈ ਮੇਰੇ ਭਰਾਵਾਂ ਦੇ ਵਾਲਦੇ ਮੁਹਤਰਮ ਦੁਨੀਆਂ ਤੋਂ ਚਲੇ ਗਏ ਨੇ, ਮੈਂ ਤੁਹਾਨੂੰ ਚੰਦ ਗੱਲਾਂ ਬਾਪ ਦੀ ਅਜ਼ਮਤ 'ਤੇ ਅਰਜ਼ ਕਰ ਜਾਵਾਂ। ਕਿਉਂ ਜੀ? ਜਿਵੇਂ ਮਾਂ ਦੀ ਅਜ਼ਮਤ ਸ਼ਾਨ ਸੁਣਦੇ ਹੋ, ਇਵੇਂ ਬਾਪ ਦੀ ਸ਼ਾਨ ਵੀ ਅੱਲਾਹ ਨੇ ਬੜੀ ਬਣਾਈ ਹੈ। ਕਿਉਂ ਜੀ ਬਾਬੇ? ਉਹ ਅੱਲਾਹ ਨੇ ਬਾਪ ਦੀ ਸ਼ਾਨ ਵੀ ਬੜੀ ਬਣਾਈ ਹੈ। ਇੰਨੀ ਸ਼ਾਨ ਅੱਲਾਹ ਨੇ ਬਾਪ ਦੀ ਬਣਾਈ ਹੈ, ਫਰਮਾਇਆ ਅਲ ਵਾਲਿਦ ਔਸਤ ਮਿਨ ਅਬਵਾਬਿਲ ਜੰਨਾ। ਜਿਵੇਂ ਨਬੀ ਪਾਕ ਅਲੈਹਿ ਸਲਾਮ ਨੇ ਫਰਮਾਇਆ ਨਾ, ਜੰਨਤ ਮਾਂ ਦੀਆਂ ਪੈਰਾਂ ਥੱਲੇ, ਇਵੇਂ ਉਸੇ ਜ਼ੁਬਾਨ ਵਿੱਚੋਂ, ਗਰੰਟੀ ਵਾਲੀ ਜ਼ੁਬਾਨ 'ਚੋਂ ਇਹ ਅਲਫਾਜ਼ ਜਾਰੀ ਹੋਏ ਨੇ। ਆਪ ਨੇ ਫਰਮਾਇਆ, ਜਿਹੜਾ ਬਾਪ ਹੈ, ਜਿਹੜਾ ਤੁਹਾਡਾ ਪਿਓ ਹੈ, ਬਾਪ ਜੰਨਤ ਦਾ ਮੇਨ ਗੇਟ ਹੈ। ਜਿਵੇਂ ਆਖਿਆ ਜੰਨਤ ਮਾਂ ਦੇ ਕਦਮਾਂ ਥੱਲੇ, ਇਹ ਗੱਲ ਤੇ ਬੜੀ ਮਸ਼ਹੂਰ ਏ, ਇਹ ਵੀ ਗੱਲ ਯਾਦ ਕਰ ਲਓ। ਬਾਪ ਜੰਨਤ ਦਾ ਦਰਮਿਆਨੀ ਦਰਵਾਜ਼ਾ ਹੈ, ਬਾਪ ਜੰਨਤ ਦਾ ਮੇਨ ਗੇਟ ਹੈ। ਅੱਲਾਹੁ ਅਕਬਰ ਕਬੀਰਾ। ਮਾਂ ਵੀ ਇੱਜ਼ਤ ਵਾਲੀ, ਅਜ਼ਮਤ ਵਾਲੀ, ਸ਼ਾਨ ਵਾਲੀ, ਉਹੀ ਦੁਨੀਆ ਦੇ ਅੰਦਰ ਅਸਲ ਮਾਂ ਏ, ਜਿਹੜੀ ਮਾਂ ਆਪਣੀ ਔਲਾਦ ਕੋਲੋਂ ਆਪਣੇ ਖਾਵਤ ਦੀ, ਬੱਚਿਆਂ ਦੇ ਬਾਪ ਦੀ ਇੱਜ਼ਤ ਕਰਵਾਏ। ਅਸਲ ਮਾਂ ਤਾਂ ਫਿਰ ਉਹੀ ਹੋਈ ਨਾ, ਜਿਹੜੀ ਮਾਂ ਆਪਣੇ ਪੁੱਤਰਾਂ ਕੋਲੋਂ ਪਿਓ ਦੀ ਇੱਜ਼ਤ ਕਰਵਾਏ, ਬੱਚਿਆਂ ਦੇ ਵਾਲਦ ਦੀ ਖਿਦਮਤ ਕਰਵਾਏ। ਪੁੱਤਰ, ਰੋਟੀ ਤਾਂ ਮਿਲੇਗੀ, ਆਪਣੇ ਅੱਬੂ ਦੇ ਆਖੇ ਲੱਗੋਗੇ। ਬੇਟਾ, ਕੱਪੜੇ ਧੋਤੇ ਤਾਂ ਮਿਲਣਗੇ, ਆਪਣੇ ਅੱਬੂ ਦੀ ਖਿਦਮਤ ਕਰੋਗੇ। ਮੋਟਰਸਾਈਕਲ ਤਾਂ ਮਿਲੇਗਾ, ਅੱਬੂ ਦੇ ਆਖੇ ਲੱਗੋਗੇ। ਕੰਪਿਊਟਰ ਤਾਂ ਮਿਲੇਗਾ, ਅੱਬੂ ਦੀ ਗੱਲ ਮੰਨੋਗੇ। ਮੋਬਾਈਲ ਤਾਂ ਲੈ ਕੇ ਦੇਵਾਂਗੇ, ਬਾਪ ਦੀ ਖਿਦਮਤ ਕਰੋਗੇ। ਇਹਨੂੰ ਕਹਿੰਦੇ ਨੇ ਮਾਂ। ਇਹ ਤੇ ਫਿਰ ਮਾਂ ਹੋਈ ਨਾ, ਇਹੋ ਜਿਹੀ ਮਾਂ ਦੇ ਪੈਰਾਂ ਥੱਲੇ ਜੰਨਤ ਜੇ। ਤੇ ਜਿਹੜੀ ਮਾਂ ਪੁੱਤਰਾਂ ਨੂੰ ਸ਼ਿਸ਼ਕਰੇ, ਜਿਹੜੀ ਮਾਂ ਔਲਾਦ ਕੋਲੋਂ ਖਾਵਣ ਦੀ ਤੇ ਬੱਚਿਆਂ ਦੇ ਪਿਓ ਦੀ ਬਿਸਤੀ ਕਰਵਾਏ, ਤੇ ਪੁੱਤਰਾਂ ਨੂੰ ਪਿਓ ਦੇ ਗਲ ਪਵਾਏ, ਤੇ ਜਨਾਬ ਮਾਰ ਕੁਟਾਈ ਕਰਵਾਏ, ਤੇ ਆਪਣੀ ਜ਼ੁਬਾਨ ਦੇ ਵਿੱਚੋਂ ਮਾਜ਼ ਅੱਲਾ ਅਸਤਗਫਿਰੁੱਲਾ ਮੈਨੂੰ ਅਲਫਾਜ਼ ਜੇਬ ਨਹੀਂ ਦਿੰਦੇ, ਉਹ ਵੀ ਤੇ ਮਾਵਾਂ ਹੀ ਨੇ ਜਿਹੜੀਆਂ ਧੀਆਂ ਪੁੱਤਰਾਂ ਦੇ ਸਾਹਮਣੇ ਇਹ ਬਕਵਾਸ ਕਰਦੀਆਂ ਨੇ, ਤੁਹਾਡਾ ਪਿਓ ਬੜਾ ਕੰਜਰ ਏ, ਤੁਹਾਡਾ ਪਿਓ ਬੜਾ ਬੇਈਮਾਨ ਏ, ਉਹ ਇੰਜਦਾ ਏ, ਉਹ ਇੰਜਦਾ। ਮੈਨੂੰ ਦੱਸੋ, ਇਹੋ ਜਿਹੀ ਮਾਂ ਦੇ ਪੈਰਾਂ ਥੱਲੇ ਵੀ ਜੰਨਤ ਏ? ਇਹਦੇ ਪੈਰਾਂ ਥੱਲੇ ਸਲੀਪਰ ਹੋ ਸਕਦੇ ਨੇ? ਕਿਉਂ ਜੀ? ਜੰਨਤ ਦੀ ਖੁਸ਼ਬੂ ਕਿੱਥੋਂ ਆਏਗੀ? ਆਓ ਸੁਣੋ ਪਿਆਰ ਅਤੇ ਮੁਹੱਬਤ ਦੀਆਂ ਬਾਤਾਂ, ਇੱਕ ਦੋ ਬਾਤਾਂ, ਚਲੋ ਅੰਮੀ ਦੇ ਬਾਰੇ, ਅਤੇ ਮੈਂ ਇਨਸ਼ਾਅੱਲਾ ਬਾਪ ਦੀ ਅਜ਼ਮਤ 'ਤੇ ਬੜੇ ਕੀਮਤੀ ਅਨਮੋਲ ਮੋਤੀ ਤੁਹਾਡੇ ਵਾਸਤੇ ਲੈ ਕੇ ਆਇਆ। ਅੱਲਾ ਸੁਬਹਾਨਹੁ ਵਤਾਲਾ ਦਾ ਕੁਰਾਨ ਪਿਆਰ ਔਰ ਮੁਹੱਬਤ ਦੇ ਨਾਲ ਸੁਣੋ। ਰੱਬ ਬਾਰੀ ਤਾਲਾ ਦਾ ਕੁਰਾਨ ਇਸ ਬਾਤ ਦਾ ਜ਼ਿਕਰੇ ਖੈਰ ਕਰ ਰਿਹਾ ਹੈ। ਰੱਬ ਤਾਲਾ ਨੇ ਫਰਮਾਇਆ, ਵਾਵਸਵਈਨਾ ਇਨਸਾਨ ਬੇਵਾਲੇ ਦਈ
अल्लाह पाक फरमाते ने ऐ इंसान असी तेनू इस बात की नसीहत कर रहे हैं, असी तेनू इस बात की ताकीद कर रहे हैं, असी तेनू इस बात की अल्लाह अकबर तलकीन कर रहे हैं। वावसैनल इंसान बेवाले दई अल्लाह करीम फरमाते ने ऐ इंसान असी ताकीद करने आ, असी तलकीन करने आ, अम्मी दी खिदमत करे आ जे, अब्बू दे वी आखे लगे आ जे, मां दी गल वी मन्ने आ जे, बाप दी गल वी मन्ने आ जे, मां दी गल वी मन्ने आ जे, क्यों हमला तो उम्मो वाहनन आला वाहन वापिसालो फियामीन। अल्लाह पाक फरमाते ने ऐ इंसान अपना माजी याद करया कर, अपना पिछला दौर याद करया कर, जदों हमल दी सूरत अंदर मां ने तेनू अपने पेट दे अंदर तकलीफां दे नाल उठा के रखे आए, कमजोरी दर कमजोरी बड़िया तकलीफां बड़िया परेशानियां मां ने अपने बच्चे दी हिफाजत वास्ते, मां ने अपने बच्चे नू अल्लाह अकबर कबीरा मेरे अजीजो नुकसान तो परेशानी तो बचाण वास्ते गर्मी सर्दी का लिहाज किया है, खाने पीने का परहेज किया है, अल्लाह अकबर कबीरा धुप छां का ख्याल किया है, खाने पीने का परहेज किया है। मेरे अजीज दोस्तों बुजुर्गो किन्नियां परेशानियां किन्नियां तकलीफां मेरे अजीजो रब 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 आप मां के दुख बयान करते ने, अल्लाह आप मां दियां तकलीफां ते परेशानियां का जिक्र करते ने। हमलतहु उम्मुहु वाहनन आला वाहनिल, लोको दुनिया वाले हो मां मां ही हुंदी जे, भावे इंसान होवे भावे हैवान होवे भावे परिंदा होवे ते भावे जानवर होवे। हयातुल हैवानात एक किताब है जिदा तर्जमा भी मार्केट के अंदर मौजूद है, लतैफे इलमिया के नाते ये मुतरजम किताब भी मिल जाती जे अरबी के अंदर हयातुल हैवानात जे, ये अंदर एक बड़ा अजीब वाकया लिखिया है, एक बंदे की डाची गुम होगी डाची गुम होगी, ये तलाश करदा करदा बड़ा ही परेशान है, अपनी डाची नू तलाश करदा करदा एक डेरे ते चला गया एक ढारी ते चला गया, इनू डाची नजर आ गई, इन्हें जाके मालकां दे कोलों मुतालबा कीता, ए डेरे वाले हो ए ढारी वाले हो घर वाले हो ए डाची ते ऊंटनी ते मेरी है, इतने दिनों दी गुम होई है, मैं परेशान अपनी डाची नू तलाश करदा करदा एदे तक पहुंचिया, लिहाजा मेरी ऊंटनी मैनू वापस कर दियो, मेरी डाची मैनू वापस कर दियो। उन्हें कहा चल चल की गल्लां पिया सुनाना है, अहे मेरी डाची है, वो कहंदे साडी डाची है, ये कहंदा मेरी डाची है। इन्हां दोनों फरीकां दा झगड़ा ते तनाजा वक्त दे काजी कोल चला गया, काजी समझदे जे सालस कोल चला गया, अल्लाह अकबर कबीरा काजी साहब साडा फैसला कर दियो, असी कहने आ एडा ची साडी है साडे मुरब्बे ते साडे किले ते साडे घर दे अंदर है, ये उत्तों पुत्तों आके मल मारदा पिया है, अहे डाची मेरी है, ना कोई दलील है ना कोई सबूत है ना कोई गवाह है ना कोई गल है, एवी आके गल्लां पिया सुनांदा है। अल्लाह अकबर कबीरा काजी साहब ने गल्लां सुनिया, मेरे अजीज दोस्त बुजुर्गो कहन लगे अरे डाची दा मुतालबा करने वाले यार कोई दलील भी ते देना, किसे दे ढारी ते जानवर खड़ा होवे ते बंदा आखे मेरा जानवर है, इंज ते जानवर नहीं मिलदे, इंज ते मज्जां नहीं मिलदियां, इंज ते डाचियां नहीं मिलदियां, कोई दलील भी दे कोई गवाह भी पेश कर कोई सबूत दे भी वाकई तेरी डाची है, ते गल बड़ी सुन वाली दे। मेरे अजीज दोस्तो बुजुर्गो एक कहन लगा काजी साहब मेरी गल जरा ध्यान नाल सुने आ दे, अल्लाह अकबर कबीरा मेरी डाची है इनू ज़िबा करो, अल्लाह अकबर कबीरा वड्डी दलील एवे के मेरी डाची दे दिल दे उत्ते तीन काले निशान बने होणगे तीन धब्बे बने होणगे, अगर ए दे दिल दे उत्ते तीन
ਸ਼ਾਨ ਨਾ ਮੌਜੂਦ ਹੋਵਣ, ਮੈਂ ਇਹਦੇ ਬਦਲੇ ਦੇ ਅੰਦਰ ਇਹਦੇ ਨਾਲੋਂ ਸੋਹਣੀ ਵੀ ਅਤੇ ਕੀਮਤੀ ਅਤੇ ਚੰਗੀ ਡਾਚੀ ਵੀ ਦੇਵਾਂਗਾ। ਅੱਲਾਹ ਅਕਬਰ, ਮੈਂ ਜ਼ਿੰਮੇਦਾਰੀ ਨਾਲ ਬਾਤ ਕਰ ਰਿਹਾ, ਇਹਦੇ ਬਦਲੇ ਅੰਦਰ ਮੈਂ ਤੁਹਾਨੂੰ ਨਵੀਂ ਡਾਚੀ ਦੇ ਦੇਵਾਂਗਾ। ਅੱਲਾਹ ਅਕਬਰ, ਲਿਹਾਜ਼ਾ ਇਹਨੂੰ ਜ਼ਿਬਾਹ ਕਰੋ। ਇਹਦੇ ਦਿਲ ਦੇ ਉੱਤੇ ਤਿੰਨ ਨਿਸ਼ਾਨ ਲੱਗੇ ਨੇ, ਤਿੰਨ ਧੱਬੇ ਲੱਗੇ ਨੇ। ਕਾਜ਼ੀ ਨੇ ਗੱਲ ਸੁਣੀ, ਜ਼ਮੀਨ ਪੈਰਾਂ ਥੱਲੋਂ ਨਿਕਲ ਗਈ। ਬੰਦਾ ਗੱਲ ਕਿੱਡੀ ਅਜੀਬ ਕਰਦਾ ਏ, ਸ਼ਾਇਦ ਇਹਦਾ ਜ਼ਿਹਨ ਇਹ ਹੋਵੇ ਜੇ ਮੇਰੇ ਕੋਲ ਨਹੀਂ ਰਹੀ ਤੇ ਇਹਨਾਂ ਕੋਲ ਵੀ ਨਾ ਰਵੇ, ਕਿਸੇ ਤਰੀਕੇ ਨਾਲ ਇਹਨੂੰ ਜ਼ਿਬਾ ਕਰਵਾ ਦੇਈਏ। ਅੱਲਾਹੂ ਅਕਬਰ ਕਬੀਰਾ। ਲੇਕਿਨ ਕਾਜ਼ੀ ਸਾਹਿਬ ਬੜੇ ਸਿਆਣੇ ਨੇ, ਗੱਲ ਸੁਣੀ ਬੜੇ ਹੌਸਲੇ ਨਾਲ। ਕਹਿਣ ਲੱਗਾ ਵੀ ਤੂੰ ਡਾਚੀ ਦੇਣ ਦਾ ਵਾਅਦਾ ਕਰਨਾ, ਜੇ ਤੂੰ ਡਾਚੀ ਦੇਣ ਤੋਂ ਇਨਕਾਰ ਕੀਤਾ ਅਸੀਂ ਤੈਨੂੰ ਫਲਾਂ ਫਲਾਂ ਸਜ਼ਾ ਦੇਵਾਂਗੇ। ਅੱਲਾਹੂ ਅਕਬਰ ਕਬੀਰਾ। ਉਹਨੇ ਆਖਿਆ, ਜਨਾਬ ਮੇਰੀ ਗੱਲ ਤੇ ਯਕੀਨ ਨਹੀਂ, ਤੁਸੀਂ ਜੋ ਮਰਜ਼ੀ ਸਜ਼ਾ ਦੇ ਲੈਣਾ, ਲੇਕਿਨ ਮੇਰੀ ਡਾਚੀ ਨੂੰ ਜ਼ਿਬਾ ਕਰਕੇ ਵੇਖੋ। ਅਲ ਮੁਕਤਸਰ, ਉਹਨਾਂ ਡਾਚੀ ਪਕੜੀ ਤੇ ਜ਼ਿਬਾ ਕਰ ਦਿੱਤੀ ਏ। ਅੱਲਾਹੂ ਅਕਬਰ ਕਬੀਰਾ। ਜਦੋਂ ਸੀਨਾ ਚੀਰ ਕੇ ਡਾਚੀ ਦਾ ਉਂਡਰੀ ਦਾ ਦਿਲ ਕੱਢਿਆ ਏ, ਤੇ ਵਾਕਿਆ ਹੀ ਇਹਦੇ ਦਿਲ ਦੇ ਉੱਤੇ ਤਿੰਨ ਧੱਬੇ ਲੱਗੇ ਹੋਏ ਨੇ, ਤਿੰਨ ਨਿਸ਼ਾਨ ਬਣੇ ਹੋਏ ਨੇ। ਕਾਜ਼ੀ ਹੈਰਾਨ ਏ, ਦੁਨੀਆ ਹੈਰਾਨ ਏ, ਇਹ ਕੀ ਬਣ ਗਿਆ? ਲੋਕੀ ਤੇ ਆਉਂਦੇ ਨੇ, ਕਿਸੇ ਦੇ ਦਿਲ ਦਾ ਕਿਸੇ ਨੂੰ ਕੀ ਪਤਾ ਏ? ਕਿਸੇ ਦੇ ਢਿੱਡ 'ਚ ਵੜ ਕੇ ਵੇਖਿਆ ਇਹਨੂੰ ਕਿਵੇਂ ਖਬਰਾਂ ਹੋ ਗਈਆਂ, ਇਹਨੂੰ ਕਿਵੇਂ ਪਤਾ ਸੀ ਮੇਰੀ ਡਾਚੀ ਦੇ ਦਿਲ ਦੇ ਉੱਤੇ ਤਿੰਨ ਨਿਸ਼ਾਨ ਨੇ? ਐਡੇ ਯਕੀਨ ਨਾਲ ਗੱਲ ਪਿਆ ਕਰਦਾ ਏ ਜਿਵੇਂ ਨੇ ਆਪ ਦਿਲ ਬਣਾ ਕੇ ਦਾਖਲ ਕੀਤਾ ਏ। ਅੱਲਾਹੂ ਅਕਬਰ ਕਬੀਰਾ। ਗੱਲ ਸੁਣਨ ਵਾਲੀ ਦੇ ਕਾਜ਼ੀ ਸਾਹਿਬ ਕਹਿਣ ਲੱਗੇ, ਯਾਰ ਬੜੀ ਕਮਾਲ ਗੱਲ ਕੀਤੀ, ਬੜੀ ਜ਼ਬਰਦਸਤ ਦਲੀਲ ਦਿੱਤੀ ਏ। ਇਹ ਡਾਚੀ ਤੇ ਤੇਰੀ ਏ, ਲੇਕਿਨ ਇਹ ਅੱਲਾਹ ਨੂੰ ਪਿਆਰੀ ਹੋ ਗਈ ਏ, ਤੇ ਜ਼ਿਬਾ ਹੋ ਗਈ ਏ, ਨਾ ਤੇਰੇ ਜੋਗੀ ਨਾ ਇਹਨਾਂ ਜੋਗੀ। ਅੱਲਾਹੂ ਅਕਬਰ ਕਬੀਰਾ। ਅਸਲ ਗੱਲ ਕੀ, ਤੈਨੂੰ ਕਿਵੇਂ ਪਤਾ ਸੀ ਇਹ ਡਾਚੀ ਦੇ ਦਿਲ ਤੇ ਤਿੰਨ ਨਿਸ਼ਾਨ ਏ? ਐਹੀ ਗੱਲ ਤੈਨੂੰ ਸੁਣਾਣੀ ਏ। ਉਹ ਮੇਰੇ ਅਕਲਮੰਦ ਤੇ ਪੜ੍ਹੇ ਲਿਖੇ ਦੋ ਮੁਹੱਬਤ ਦਾ ਮੈਸੇਜ ਦੇ ਰਿਹਾ ਵਾਂ। ਇਹ ਡਾਚੀ ਦਾ ਹਕੀਕੀ ਮਾਲਕ ਹੁਣ ਵਾਕਿਆ ਬਿਆਨ ਕਰਦਾ ਏ। ਕਹਿੰਦਾ ਜੀ, ਛੋਟਾ ਜਿਹਾ ਬੱਚਾ ਸੀ, ਨਿੱਕੀ ਜੀ ਊਂਟਣੀ ਸੀ, ਜਦੋਂ ਮੈਂ ਇਹਨੂੰ ਆਪਣੇ ਕਿੱਲੇ ਤੇ ਬੰਨਿਆ, ਪਾਲਿਆ, ਸਾਂਭਿਆ, ਜਵਾਨ ਕੀਤਾ, ਇਹ ਬੱਚਾ ਪੈਦਾ ਕਰਨ ਦੇ ਕਾਬਿਲ ਹੋ ਗਈ। ਬਿਲ ਆਖਰ ਇਹ ਡਾਚੀ ਸੂਬੀ, ਇਹਨੇ ਬੱਚਾ ਪੈਦਾ ਕੀਤਾ ਤੇ ਜੰਮਦੀ ਇਹਦਾ ਬੱਚਾ ਫੌਤ ਹੋ ਗਿਆ, ਬੱਚਾ ਮਰ ਗਿਆ। ਤੇ ਮੇਰੀ ਡਾਚੀ ਕਿੰਨੇ ਦਿਨ ਤੱਕ ਰੋਂਦੀ ਰਹੀ ਏ, ਅੱਖੀਆਂ 'ਚੋਂ ਆਂਸੂ ਬਹਾਉਂਦੀ ਰਹੀ ਏ। ਅੱਲਾਹੂ ਅਕਬਰ, ਨਾ ਇਹਨੂੰ ਪੱਠੇ ਚੰਗੇ ਲੱਗਦੇ, ਨਾ ਪਾਣੀ ਚੰਗਾ ਲੱਗਦਾ, ਤੇ ਬੜੀ ਪਰੇਸ਼ਾਨ ਸੀ। ਮੈਨੂੰ ਯਕੀਨ ਸੀ ਮੇਰੀ ਡਾਚੀ ਦਾ ਬੱਚਾ ਮਰਿਆ ਏ, ਤੇ ਇਹਦੇ ਗਮ ਤੇ ਪਰੇਸ਼ਾਨੀ ਨਾਲ ਇਹਦੇ ਦਿਲ ਤੇ ਨਿਸ਼ਾਨ ਲੱਗ ਗਿਆ ਹੋਏਗਾ। ਲੋਕੋ, ਮਾਵਾਂ ਮਾਵਾਂ ਹੀ ਹੁੰਦੀਆਂ ਜੇ, ਭਾਵੇਂ ਜਾਨਵਰ ਕਿਉਂ ਨਾ ਹੋਵੇ, ਭਾਵੇਂ ਹੈਵਾਨ ਕਿਉਂ ਨਾ ਹੋਵੇ। ਅੱਲਾਹੂ ਅਕਬਰ। ਦੂਸਰੀ ਮਰਤਬਾ ਮੇਰੀ ਡਾਚੀ ਸੂਈ ਏ, ਦੂਜਾ ਬੱਚਾ ਪੈਦਾ ਕੀਤਾ ਏ, ਉਹ ਵੀ ਬਚਪਨ ਦੇ ਅੰਦਰ ਮਰ ਗਿਆ। ਕਿੰਨੇ ਦਿਨ ਤੱਕ ਮੇਰੀ ਡਾਚੀ ਪਰੇਸ਼ਾਨ ਤੇ ਹੈਰਾਨ ਏ, ਕੋਈ ਖਾਣਾ ਪੀਣਾ ਚੰਗਾ ਨਹੀਂ ਲੱਗਦਾ, ਅੱਖਾਂ 'ਚੋਂ ਪਾਣੀ ਵਗਦਾ ਰਹਿੰਦਾ ਏ। ਮੈਨੂੰ ਯਕੀਨ ਹੋ ਗਿਆ ਇਹਦੇ ਦਿਲ ਤੇ ਦੂਜਾ ਨਿਸ਼ਾਨ ਲੱਗਿਆ ਏ। ਅੱਲਾਹੂ ਅਕਬਰ। ਤੀਸਰੀ ਮਰਤਬਾ ਮੇਰੀ ਡਾਚੀ ਸੂਈ ਏ, ਬੱਚਾ ਪੈਦਾ ਹੋਇਆ ਏ, ਤੇ ਜੰਮਦੀ ਬੱਚਾ ਮਰ ਗਿਆ ਏ। ਮੇਰੀ ਡਾਚੀ ਨੇ ਇੰਨਾ ਗਮ ਕੀਤਾ। ਲੋਕੋ, ਜਾਨਵਰ ਦੀ ਗੱਲ ਸੁਣਾ ਰਿਹਾ, ਇੱਕ ਹੈਵਾਨ ਦੀ ਗੱਲ ਸੁਣਾ ਰਿਹਾ। ਅੱਲਾਹੂ ਅਕਬਰ। ਇੰਨੀ ਪਰੇਸ਼ਾਨੀ ਲਈ, ਇੰਨਾ ਗਮ ਕੀਤਾ ਤੇ ਸਦਮਾ ਲਿਆ ਏ। ਮੇਰੀ ਡਾਚੀ ਨੇ ਮੇਰਾ ਕਾਰੀ ਛੱਡ ਦਿੱਤਾ ਏ, ਮੇਰੇ ਡੇਰੇ ਤੋਂ ਨਿਕਲ ਗਈ ਏ। ਨਾ ਖਾਣਾ ਚੰਗਾ ਲੱਗਦਾ, ਨਾ ਪੀਣਾ ਚੰਗਾ ਲੱਗਦਾ ਏ, ਅੱਖਾਂ 'ਚੋਂ ਪਾਣੀ ਵਗਦਾ ਰਹਿੰਦਾ ਏ। ਬਸ ਉਸ ਦਿਨ ਦੀ ਮੇਰੀ ਹਵੇਲੀ ਤੋਂ, ਮੇਰੇ ਡੇਰੇ ਤੋਂ ਡਾਚੀ ਨਿਕਲੀ ਏ, ਖੌਰੇ ਕਿੱਥੇ ਗੁੰਮ ਹੋ ਗਈ ਏ। ਇਹਨੂੰ ਲੱਭਦਾ ਲੱਭਦਾ, ਇਹਨੂੰ ਤਲਾਸ਼ ਕਰਦਾ ਕਰਦਾ ਮੈਂ ਇੱਥੇ ਆਇਆ। ਮੈਨੂੰ ਯਕੀਨ ਸੀ, ਮੈਨੂੰ ਯਕੀਨ ਸੀ, ਭਾਵੇਂ ਜਾਨਵਰ ਏ, ਇਹਨੇ ਗਮ ਬੜਾ ਕੀਤਾ ਬੱਚਿਆਂ ਦਾ, ਸਦਮਾ ਬੜਾ ਕੀਤਾ
ਕੀਤਾ ਬੱਚਿਆਂ ਦਾ, ਪੱਠੇ ਨਹੀਂ ਖਾਧੇ, ਪਾਣੀ ਨਹੀਂ ਪੀਤਾ, ਤੇ ਮੈਂ ਯਕੀਨ ਰੱਖਦਾ ਸਾਂ ਮੇਰੀ ਡਾਚੀ ਦੇ ਦਿਲ ਤੇ ਤਿੰਨ ਨਿਸ਼ਾਨ ਲੱਗੇ ਹੋਣਗੇ। ਇਹੀ ਅਸਲ ਗੱਲ ਹੈ। ਉਹ ਲੋਕੋ ਦੁਨੀਆ ਵਾਲਿਓ, ਮਾਂ ਮਾਂ ਹੀ ਹੁੰਦੀ ਜੇ, ਭਾਵੇਂ ਜਾਨਵਰ ਕਿਉਂ ਨਾ ਹੋਵੇ, ਭਾਵੇਂ ਪਰਿੰਦਾ ਕਿਉਂ ਨਾ ਹੋਵੇ। ਅੱਲਾਹ ਅਕਬਰ। ਹੁਣ ਮੈਂ ਤੈਨੂੰ ਸੋਹਣੇ ਮੁਹੰਮਦ ਦੀ ਹਦੀਸ ਸੁਣਾਵਾਂ, ਸੱਲੱਲਾਹੁ ਅਲੈਹਿ ਵਸੱਲਮ। ਮੇਰੇ ਪੈਗੰਬਰ ਸਫ਼ਰ ਅੰਦਰ ਨੇ ਇੱਕ ਸਿਹਾਬੀ ਨੇ ਆਲਣੇ ਵਿੱਚੋਂ, ਗੌਂਸਲੇ ਵਿੱਚੋਂ ਇੱਕ ਚਿੜੀਆ ਦੇ ਬੱਚੇ ਉਠਾ ਲੈਣੇ, ਤੇ ਇਹ ਜਿਹੜੀ ਚਿੜੀਆ ਏ ਇੰਜ ਕਰਕੇ ਸਿਰ ਦੇ ਉੱਤੇ ਘੁੰਮੀ ਜਾਂਦੀ ਏ, ਰੌਲਾ ਪਾਈ ਜਾਂਦੀ ਏ, ਸਿਰ ਦੇ ਉੱਤੇ ਚੂੰ 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 ਕਰ ਰਹੀ ਏ। ਮੇਰੇ ਨਬੀ ਅਲੈਹਿ ਸਲਾਮ ਨੇ ਵੇਖਿਆ, ਆਪ ਫਰਮਾਉਂਦੇ ਨੇ, ਐ ਮੇਰੇ ਸਿਹਾਬੀਓ, ਇਸ ਚਿੜੀਆ ਨੂੰ ਕਿੰਨੇ ਤਕਲੀਫ ਦਿੱਤੀ ਏ, ਇਹਦੇ ਬੱਚੇ ਕਿੰਨੇ ਉਠਾਏ ਨੇ, ਤੇ ਜਿੰਨੇ ਬੱਚੇ ਚੁੱਕੇ ਸੀ ਨਾ ਇੰਜ ਕਰਕੇ ਝੋਲੀ ਵਿੱਚ ਪਾਏ ਨੇ, ਤੇ ਛੇਤੀ ਨਾਲ ਝੋਲੀ ਖੋਲ ਕੇ ਆਉਂਦਾ, ਆਂਦਾ ਅੱਲਾਹ ਦੇ ਰਸੂਲ ਜੀ ਆਹ ਵੇਖੋ ਮੇਰੀ ਝੋਲੀ 'ਚ ਇਹਦੇ ਬੱਚੇ ਨੇ। ਕੀ ਆਉਂਦਾ? ਆ ਵੇਖੋ ਮੇਰੀ ਝੋਲੀ ਅੰਦਰ ਇਸ ਚਿੜੀਆ ਦੇ ਬੱਚੇ ਨੇ। ਸਾਹਬੀ ਰਸੂਲ ਨੇ ਆਪਣੀ ਝੋਲੀ ਖਲਾਰੀ ਏ, ਆਪਣਾ ਕੱਪੜਾ ਖੋਲਿਆ ਏ। ਅੱਲਾ ਦੀ ਕਸਮੇ, ਇਸ ਚਿੜੀਆ ਨੇ, ਇਸ ਪਰਿੰਦੇ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਵੀ ਮੈਂ ਵੀ ਕਾਬੂ ਆ ਜਾਵਾਂਗੀ। ਇੰਜ ਸਿਹਾਬੀ ਨੇ ਝੋਲੀ ਖੋਲੀ ਏ, ਤੇ ਚਿੜੀਆ ਭੱਜ ਕੇ ਆਪਣੇ ਬੱਚਿਆਂ ਤੇ ਬਹਿ ਜਾਂਦੀ ਏ। ਮਾਂ ਮਾਂ ਹੀ ਹੁੰਦੀ ਜੇ, ਭਾਵੇਂ ਪਰਿੰਦਾ ਹੀ ਕਿਉਂ ਨਾ ਹੋਵੇ, ਮਾਂ ਮਾਂ ਹੀ ਹੁੰਦੀ ਜੇ, ਭਾਵੇਂ ਜਾਨਵਰ ਤੇ ਹੈਵਾਨ ਕਿਉਂ ਨਾ ਹੋਵੇ। ਅੱਲਾਹੁ ਅਕਬਰ। ਵਾਕਿਆ ਸਹੀ ਮੁਸਲਮ ਦੇ ਅੰਦਰ ਹੈ। ਹਜ਼ਰਤ ਅਬੂ ਹੁਰੈਰਾ ਰਜ਼ੀ ਅੱਲਾਹੁ ਤਾਲਾ ਅਨਹੋ ਫਰਮਾਉਂਦੇ ਨੇ, ਮੈਂ ਕੰਨਾਂ ਨਾਲ ਸੁਣਿਆ ਨਬੀ ਪਾਕ ਅਲੈਹਿ ਸਲਾਮ ਨੇ ਫਰਮਾਇਆ, ਪਹਿਲੇ ਜ਼ਮਾਨੇ ਅੰਦਰ ਦੋ ਬੀਬੀਆਂ ਇੰਜ ਕਰਕੇ ਸਫ਼ਰ ਤੇ ਨਿਕਲੀਆਂ ਨੇ। ਬੜੀਆਂ ਗੱਲਾਂ ਤੁਸੀਂ ਸੁਣਦੇ ਹੋ ਅਜ਼ਮ ਤੇ ਮਾਂ, ਮਾਂ ਦੀ ਸ਼ਾਨ ਤੇ। ਮੈਂ ਤੈਨੂੰ ਇੱਕ ਮੁਨਫਰਦ ਟੱਚ ਦੇਣਾ ਚਾਹਨਾ। ਮੇਰੇ ਮਹਿਬੂਬ ਨੇ ਫਰਮਾਇਆ, ਦੋ ਔਰਤਾਂ ਇੰਜ ਕਰਕੇ ਸਫ਼ਰ ਤੇ ਨਿਕਲੀਆਂ ਨੇ, ਪੈਦਲ ਹੀ ਟੁਰੀਆਂ ਜਾ ਰਹੀਆਂ ਨੇ, ਤੇ ਦੋਵਾਂ ਬੀਬੀਆਂ ਨੇ ਆਪਣਾ ਆਪਣਾ ਬੱਚਾ ਚੁੱਕਿਆ ਹੋਇਆ ਏ। ਚੱਲਦਿਆਂ ਚੱਲਦਿਆਂ ਇਹਨਾਂ ਬੱਚੇ ਜ਼ਮੀਨ ਤੇ ਬਿਠਾ ਦਿੱਤੇ ਨੇ, ਤੇ ਕਿਸੇ ਖਾਸ ਹਾਜਤ ਵਾਸਤੇ, ਆਪਣੀ ਜ਼ਰੂਰਤ ਵਾਸਤੇ ਬੱਚਿਆਂ ਤੋਂ ਦੂਰ ਚਲੀਆਂ ਜਾਂਦੀਆਂ ਨੇ। ਤੇ ਜਦੋਂ ਆਪਣੀ ਹਾਜਤ ਤੋਂ ਫਾਰਗ ਹੋ ਕੇ ਇਹ ਦੋਵੇਂ ਬੀਬੀਆਂ ਵਾਪਸ ਆਈਆਂ ਨੇ, ਇਹਨਾਂ ਦੋਵਾਂ ਵਿੱਚੋਂ ਜਿਹੜੀ ਵੱਡੀ ਔਰਤ ਸੀ ਇਹਦੇ ਬੱਚੇ ਨੂੰ ਜੰਗਲ ਦਾ ਬਘਿਆੜ ਚੁੱਕ ਕੇ ਲੈ ਗਿਆ ਏ, ਭੇੜੀਏ ਨੇ ਚੀਰ ਫਾੜ ਕਰ ਦਿੱਤਾ ਏ। ਅੱਲਾਹੁ ਅਕਬਰ ਕਬੀਰਾ। ਤੇ ਵੱਡੀ ਬੀਬੀ ਨੇ ਭੱਜ ਕੇ ਛੇਤੀ ਨਾਲ ਛੋਟੀ ਔਰਤ ਦਾ ਬੱਚਾ ਚੁੱਕ ਲਿਆ, ਤੇ ਨਾਲ ਰੌਲਾ ਪਾ ਦਿੱਤਾ, ਤੇਰੇ ਬੱਚੇ ਨੂੰ ਭੇੜੀਆ ਖਾ ਗਿਆ, ਤੇਰੇ ਬੱਚੇ ਨੂੰ ਬਘਿਆੜ ਖਾ ਗਿਆ ਏ। ਅੱਲਾਹੁ ਅਕਬਰ ਕਬੀਰਾ। ਗੱਲ ਸੁਣਿਆ ਜੇ ਜ਼ਰਾ ਤਵੱਜੋ ਨਾਲ ਮੇਰੇ ਅਜ਼ੀਜ਼ ਦੋਸਤ ਬਜ਼ੁਰਗੋ, ਉਹ ਕਹਿੰਦੀ ਏ ਬੱਚਾ ਮੇਰਾ ਏ, ਉਹ ਕਹਿੰਦੀ ਏ ਬੱਚਾ ਮੇਰਾ ਏ। ਇਹਨਾਂ ਦੋਨਾਂ ਔਰਤਾਂ ਦਾ ਤਨਾਜ਼ਾ ਵਕਤ ਦੇ ਨਬੀ ਹਜ਼ਰਤ ਦਾਊਦ ਅਲੈਹਿ ਸਲਾਤੋ ਸਲਾਮ ਦੀ ਅਦਾਲਤ ਅੰਦਰ ਚਲਾ ਜਾਂਦਾ ਏ। ਅੱਲਾਹੁ ਅਕਬਰ। ਨਬੀ ਦੀ ਗੱਲ ਸੁਣਾ ਰਿਹਾ, ਸਹਿਬੇ ਸ਼ਰੀਅਤ ਨਬੀ ਨੇ, ਸਹਿਬੇ ਕਿਤਾਬ ਨਬੀ ਨੇ, ਹਜ਼ਰਤ ਦਾਊਦ ਅਲੈਹਿ ਸਲਾਮ ਨੇ। ਅੱਲਾਹੁ ਅਕਬਰ। ਅਜ਼ਮਤ ਬੜੀ ਏ, ਸ਼ਾਨ ਬੜੀ ਏ। ਆਪਨੇ ਦੋਵਾਂ ਬੀਬੀਆਂ ਦੀਆਂ ਗੱਲਾਂ ਸੁਣੀਆਂ, ਵੱਡੀ ਔਰਤ ਦੀਆਂ ਗੱਲਾਂ ਸੁਣੀਆਂ, ਛੋਟੀ ਬੀਬੀ ਦੀਆਂ ਗੱਲਾਂ ਸੁਣੀਆਂ। ਕਈ ਬੰਦੇ ਨਾ ਹੁੰਦੇ ਪਰਲੇ ਦਰਜੇ ਦੇ ਝੂਠੇ ਨੇ, ਲੇਕਿਨ ਜ਼ੁਬਾਨ ਬੜੀ ਚੱਲਦੀ ਏ, ਐਵੇਂ ਰੌਲਾ ਪਾ ਪੂ ਕੇ ਸੱਚੇ ਹੋ ਜਾਂਦੇ ਨੇ। ਚਾਤਰ ਬੜੇ ਹੁੰਦੇ ਨੇ, ਚਲਾਕ ਬੜੇ ਹੁੰਦੇ ਨੇ, ਗੱਲਾਂ ਬੜੀਆਂ, ਕਹਾਣੀਆਂ ਬੜੀਆਂ ਸੁਣਾਉਂਦੇ ਨੇ। ਅਤੇ ਕਈ ਮਾਸੂਮ ਜੈ ਬੰਦੇ ਸੱਚੇ ਵੀ ਹੋਵਣ ਅਤੇ ਗੱਲ ਕਰਨ ਦਾ ਢੰਗ ਨਹੀਂ, ਸੱਚੇ ਵੀ ਹੋਵਣ ਅਤੇ ਗੱਲ ਕਰਨ ਦਾ ਵੱਲ ਨਹੀਂ, ਉਹ ਸੱਚੇ ਵੀ ਹੋਵਣ ਅਤੇ ਚੁੱਪ ਰਹਿਣ ਦੀ ਵਜ੍ਹਾ ਤੋਂ ਝੂਠੇ ਬਣ ਜਾਂਦੇ ਨੇ। ਅੱਲਾਹੁ ਅਕਬਰ ਕਬੀਰਾ। ਨਬੀ ਨੇ ਗੱਲਾਂ ਸੁਣੀਆਂ, ਅਤੇ ਜਿਹਨੇ ਬਹੁਤੀਆਂ ਗੱਲਾਂ ਸੁਣਾਈਆਂ
अल्लाह अकबर चातर जुबान बन के चलाक बन के गल्ला करके फैसला अपने हक विच ले लिया। हजरत दाऊद अली सलाम ने बच्चा चुकिया ते वड्डी बीबी नू दे दिता है, लेकिन जिदी कुख दे विचों इस मासूम ने जन्म लिया है उंदे आंसू किवें रुकण, वो रोई जांदी है परेशान हाल है। अल्लाह अकबर कबीरा ओ इस फैसले ते राजी ने, इन्हां ने फैसला चुक अपना ये मुकदमा चुकिया है ते हजरत सुलेमान बिन दाऊद अली सलाम दी खिदमत अंदर लै जांदियां ने। हजरत जी तुसी साडा फैसला करो, तुसी साडा फैसला करो। हजरत सुलेमान बड़ी दना ते बड़े समझदार बचपन दे अंदर ही लड़कपन दे अंदर ही अबू दी अदालत अंदर बैठ दे, बाप दे फैसले सुन दे, लोकां दीयां गल्लां सुन दे। अल्लाह ने अकल दिमाग बड़ा दिता, फहमो फरासत बड़ी दिती, अल्लाह ने बड़ी दनाई ते हिकमत हजरत सुलेमान अली सलाम नू अता फरमाई। ये छोटी उम्र विच ही बड़े बड़े वधिया फैसले कर दे, सोहणियां ते सियाणियां गल्लां कर दे। अल्लाह अकबर कबीरा। मेरे अजीज दोस्त बुजुर्गो, हजरत सुलेमान अली सलाम ने छुरी पकड़ ली, आ फरमान लगे इंज तुहाडा फैसला नहीं होना, ना तू मनना है ना तू मनना है, मैं बच्चे नू ज़िबा कर देना, दो टुकड़े कर देना ते अद्धा एक नू दे देना, ते अद्धा एक नू दे देना। नबी बड़े सियाने होंदे ने, अल्लाह दे नबी सुलेमान अली सलाम ने समझिया जिंदा हकीकी बेटा है उन्हें कदी भी ये फैसला मनना उन्हें ते मनना नहीं। किवें अखां दे सामने बच्चे दे टुकड़े करवाएगी। वड्डी नू पुछिया, हाँ जी तुहानू ये फैसला मंजूर है, मैं बच्चे दे टुकड़े कर देना, अद्धा तेनू दे देना अद्धा दूजी बीबी नू दे देना। ते जल्दी नाल बोली कह लगी बिल्कुल ठीक है, तुसी बच्चा ज़िबा कर दियो। उन्हें समझिया जे मेरा नहीं बचिया ते इंदा भी ना बचे। अल्लाह अकबर कबीरा। आंदी अल्लाह दे नबी बड़ी सोहनी गल कीती जे, बड़ी चंगी गल कीती जे, इंज ही करो ज़िबा कर दियो टुकड़े कर दियो। अल्लाह अकबर कबीरा। ते जदों छोटी औरत वाल हजरत सुलेमान ने इशारा कीता जे इनू कहिंदे जे मां दी ममता, इनू कहिंदे जे मां दी मुहब्बत, इनू कहिंदे जे मां दा दिल ते टुकड़ा, इनू कहिंदे जे मां दा जिगरा। अल्लाह अकबर कबीरा। इनू मां कहिंदी, इनू कहिंदी मां जिहड़ी हकीकी मां है। अखां डुल पईआं, गल जुबान ते आंदी कोई नहीं, लड़खड़ांदी जुबान नाल, थथलांदी जुबान नाल ए बीबी कहण लगी है वे अल्लाह दे नबी मेरे बच्चे नू ज़िबा ना करे, आजे उंज भावे इनू ही दे दियो। अल्लाह अकबर, अल्लाह अकबर। मेरे पुत्र नू ज़िबा ना करे आजे, मेरे बेटे नू ज़िबा ना करे आजे, जे नहीं मनदी ते उंज भावे इनू दे दियो। अल्लाह दे नबी समझ गए हकीकी मां कौन है, आपने बच्चा चुकिया है ते छोटी बीबी नू दे दिता है। मेरे गुजारिश करन दा मतलब है लोको मां मां ही हुंदी जे, भावे जानवर क्यों ना होवे, भावे परिंदे क्यों ना होण, भावे इंसान क्यों ना होण, ताइयों ते मालिक ताकीदां करदे ने, अल्लाह नसीहतां करदे ने, अल्लाह तलकीन करदे ने। वावस्वैनल इंसान बेवालिदैहि एहसाना हमलत।